ਹੈ ਮਦੇਕੇ ਦੇ ਵਾਸਤੇ ਆਪ ਸਭ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਪ੍ਰੇਮ ਸਿੰਘ ਜੀ ਲੰਗੇਣਾ ਅਤੇ ਸਰਪੰਚ ਹਰਚਰਨ ਸਿੰਘ ਜੀ ਲੰਗੇਣਾ ਸਰਪੰਚ ਹਰਚਰਨ ਸਿੰਘ ਜੀ ਲੰਗੇਣਾ ਇਹ ਵੀ ਜੇ ਆਏ ਨੇ ਜਰਨੈਲ ਸਿੰਘ ਜੀ ਜੇਈ ਜੇ ਵੀ ਆਏ ਨੇ ਜਸਪਾਲ ਸਿੰਘ ਜੀ ਭੱਟੀ ਬਿੱਲੂ ਦਾ ਬੇਟਾ ਉਹ ਵੀ ਆ ਗਿਆ ਸਟੇਜ ਤੇ ਕਿਉਂਕਿ ਇਹਨਾਂ ਮੈਚਰ ਬਾਅਦ ਅਸੀਂ ਫਾਈਨਲ ਮੈਚ ਕਰਾਉਣੇ ਆ ਫਿਰ ਸਾਤੋਂ ਨਾਮ ਨਹੀਂ ਦਿੱਤੇ ਜਿਹੜੇ ਇਤਰਾਜ ਨਾ ਕੋਈ ਕਹਿੰਦਾ ਜਿਹੜੇ ਨਾਮ ਬੋਲਦਾ ਮੈਂ ਜਲਦੀ ਆ ਜਾਓ ਬਾਬਾ ਹਾਂਜੀ ਧੰਨਾ ਸਿੰਘ ਜੀ ਯੂਕੇ ਉਹਨਾਂ ਨੇ ਮੈਚ ਆਪਣਾ ਦੇਖ ਰਹੇ ਆ ਤੇ ਸਾਰੀ ਸੰਗਤ ਨੂੰ ਰੋਟੇ ਨਗਰ ਨੂੰ ਤੇ ਜਿੰਨੀ ਵੀ ਇਲਾਕੇ ਤੇ ਸੰਗਤ ਆਈ ਹੈ ਲੱਖ ਲੱਖ ਸੰਤਾਂ ਦੇ ਜਨਮ ਦਿਨ ਤੇ ਵਧਾਈ ਦਿੰਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਧੰਨਾ ਸਿੰਘ ਜੀ ਯੂਕੇ ਜਗਤਾਰ ਸਿੰਘ ਤਾਰੀ ਪੱਤੀ ਰਜਾਦਾ ਨੂੰ ਬੇਨਤੀ ਆ ਭਾਈ ਆਪਣਾ ਸਨਮਾਨ ਲੈ ਕੇ ਜਾਓ ਸਨਮਾਨ ਸਿੰਘ ਬਹੁਤ ਉਡੀਕ ਕਰ ਰਹੇ ਆ ਸਾਰੀ ਕਮੇਟੀ ਉਡੀਕ ਕਰ ਰਹੀ ਆ ਦਰਸ਼ਨ ਸਿੰਘ ਜੀ ਸਰਪੰਚ ਜੇ ਉਹਨਾਂ ਦੇ ਵੀ ਕੋਈ ਆਦ ਹੋਵੇ ਦੇ ਦਿਓ ਆ ਜਾਓ ਸਟੇਜ ਤੇ ਅਸੀਂ ਸਨਮਾਨ ਕਰਨਾ ਸੁਖਦਰਸ਼ਨ ਸਿੰਘ ਜੀ ਮਾਸਟਰ ਗੁਰੂਪੁਰਾ ਕੈਨੇਡਾ ਉਹਨਾਂ ਦੇ ਬੇਟੇ ਆ ਉਹਨਾਂ ਨੇ 10,000 ਰੁਪਇਆ ਭੇਜਿਆ ਅਵਤਾਰ ਸਿੰਘ ਮੈਂਬਰ ਗੁਰੂਪੁਰਾ ਔਰ ਬੇਨਤੀ ਹੈ ਸਨਮਾਨ ਲੈ ਲੈਣ ਸਰਪੰਚ ਮੱਖਣ ਸਿੰਘ ਜੀ ਲੰਡੇ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਸਨਮਾਨ ਲੈਣ ਸਿੰਘ ਜੀ ਮੈਂਬਰ ਉਹਨਾਂ ਨੂੰ ਦਿਓ ਬਈ ਸ਼ਿਲ ਫੜਾਓ ਗੁਰਮੁਖ ਸਿੰਘ ਜੀ ਲੰਡੇ ਸਰਪੰਚ ਉਹ ਵੀ ਆ ਜਾਣ ਜੀ ਅਵਤਾਰ ਸਿੰਘ ਜੀ ਰਾਜਣਾ ਭਰਾਤਾ ਭਾਈ ਜਗਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਆ ਵੀ ਉਹਨਾਂ ਨੂੰ ਸਨਮਾਨ ਕਰਨਾ ਅਸੀਂ ਬਹੁਤ ਬਹੁਤ ਧੰਨਵਾਦ ਆ ਉਹਨਾਂ ਦਾ ਉਹਨਾਂ ਨੇ ਟਾਈਮ ਤੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਆ ਗੁਰਮੁਖ ਸਿੰਘ ਜੀ ਲੰਡੇ ਸਮਾਨ ਸਰਪੰਚ ਲੰਡੇ ਜਗਤਾਰ ਸਿੰਘ ਜੀ ਸਮਾਨ ਸਰ ਜੇ ਉਹ ਵੀ ਆਏ ਨੇ ਤੇ ਪਹੁੰਚ ਜਾਣ ਸਾਡੇ ਕੋਲ ਉਹਨਾਂ ਨੇ 5,000 ਰੁਪਏ ਸਾਨੂੰ ਦਿੱਤਾ ਗੁਰਵਿੰਦਰਜੀਤ ਮਨੀਲਾ ਭੰਗੂ ਕੰਬੀਆ ਭਾਈ ਇਹਨਾਂ ਨੇ 5,000 ਰੁਪਏ ਦਿੱਤਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਲਓ ਬਹੁਤ ਹੀ ਵਧੀਆ ਚੌਂਕਿਆ ਵਾਲਾ ਗੱਭਰੂ ਹਾਂਜੀ ਹਾਂਜੀ ਸੰਤ ਸਭਾ ਦੇ ਜਨਰਲ ਸਕੱਤਰ ਬਾਬਾ ਸੁਖਚੈਨ ਸਿੰਘ ਜੀ ਧਰਮਪੁਰਾ ਉਹਨਾਂ ਨੂੰ ਕੈਪਟਨ ਸਾਹਿਬ ਸਿੰਘ ਸਾਹਿਬ ਜੀ ਅਤੇ ਸਰਪੰਚ ਨਛੱਤਰ ਸਿੰਘ ਜੀ ਸਨਮਾਨ ਕਰ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲਓ ਸਾਹਮਣੇ ਵੇਖਦਾ ਸੀ ਰਾਉਤ ਵਾਲੇ ਗੱਭਰੂ ਨੇ ਡੈਪ ਸਿੰਘ ਪੰਡਿਤ ਭਾਈ ਤੇ ਲਓ ਜੀ ਗਿਆਨੀ ਜੀ
ਆਹ ਦੁੱਧ ਵੀ ਲੰਮੀ ਦੱਸਣ ਵਾਲੀ ਹੈ ਸਾਡੇ ਵੀਰ ਗੁਰਜੀਤ ਸਿੰਘ ਖਾਲਸਾ ਨੇ, ਕਹਿੰਦਾ ਵੀ ਵਾਟਰ ਬ੍ਰੇਕ ਹੋ ਚੁੱਕੀ ਹੈ ਅਸੀਂ ਤਾਂ ਕਰ ਲਓ। ਔਰ ਨਾਲ ਹੀ ਖਾਲਸਾ ਡੀਜੇ ਸੌਮ ਸਰਸਾ ਦਾ ਬਹੁਤ ਧੰਨਵਾਦ ਜੀ, ਖਾਲਸਾ ਚੈਨਲ ਵਾਲੇ ਸਾਡੇ ਪੁੱਜੇ ਨੇ ਗੁਰਪ੍ਰੀਤ ਸਿੰਘ ਜੀ ਫ੍ਰੈਂਡਸ, ਬਹੁਤ ਬਹੁਤ ਮਿਹਰਬਾਨੀ ਜੀ। ਯੂਰਪ ਦੇ ਸਾਰੇ ਮੁਲਕਾਂ ਵਿੱਚ ਦਿਖਾਇਆ ਜਾ ਰਿਹਾ ਇੱਥੇ ਅੱਜ ਦਾ ਟੂਰਨਾਮੈਂਟ ਪੰਜਾਬ ਲਾਈਵ ਬੰਦ ਦੇ ਜੀ ਵੀ, ਅਤੇ ਨਾਲ ਹੀ ਸਿੱਖ ਚੈਨਲ ਵਾਲੇ ਸਾਡੇ ਵੀਰ ਸਮਾਜ ਜੋ ਸਾਰੀ ਟੀਮ ਲੈ ਕੇ ਗੁਰਪ੍ਰੀਤ ਸਿੰਘ ਜੀ ਪੁੱਜੇ ਨੇ, ਬਹੁਤ ਮਿਹਰਬਾਨੀ ਜੀ। ਔਰ ਨਾਲ ਹੀ ਜਿਹੜੀਆਂ ਲਾਈਟਾਂ ਲੱਗੀਆਂ ਇਹਨਾਂ ਦਾ ਵੀ ਬਹੁਤ ਧੰਨਵਾਦ ਜੀ। ਮਨਜਿੰਦਰ ਸਿੰਘ ਪਿਆਰ ਦੇ ਨਾਲ ਨਿੱਕਾ ਵੀ ਕਹਿ ਦਿੰਦੇ ਤੇ ਮੋਟੂ ਵੀ ਕਹਿ ਦਿੰਦੇ ਆ, ਪਿੰਡ ਕਾਕੇ ਆ। ਆਹ ਸਿਰਦਰ ਚੈਨੇ ਦਾ ਚੰਡਾ ਚਿੱਲਾ ਤੇ ਅੰਕ ਚੜ੍ਹਦੀ ਕਲਾ ਦਾ ਕਲੱਬ ਦੀ ਟੀਮ ਦੇ ਹਿੱਸੇ ਚੱਲਦਾ ਹੋਇਆ ਨੇਕਾ ਗੱਭਰੂ ਬਹੁਤ ਹੀ ਸੋਹਣਾ ਅੰਕ ਲੈ ਕੇ ਵੱਡੀ। ਮੈਂ ਸਾਹਮਣੇ ਦੇਖਦਾ ਵੀ ਕੋਰਸੀਆਂ ਵਾਲਾ ਗੱਭਰੂ ਜੱਗੀ ਪਾੜੇ ਪਰਮੇ ਜਿਸੇ ਦਾ ਮਾਲਕ ਹੈ। ਔਰ ਸਾਹਮਣੇ ਚਾਰ ਵੀਰਾਂ ਨੂੰ ਅੱਗੇ ਲਾਤਾ, ਸੀਨਾ ਤਾਰਦਾ ਨਹੀਂ ਸੂਰਮਾ ਹੁੰਦਾ, ਜੋ ਗੋਲੀ ਮੂਹਰੇ ਇੱਕ ਕਰਦਾ ਨਹੀਂ ਤੇ ਮਿਹਨਤ ਕਰੀ ਬਗੈਰ ਖਿਡਾਰੀ ਪੂਰਾ ਬਣਦਾ ਨਹੀਂ। ਬਈ ਮਿਹਨਤ ਕਰੀ ਬਗੈਰ ਖਿਡਾਰੀ ਪੂਰਾ ਬਣਦਾ ਨਹੀਂ, ਮੁੱਲ ਮਿਹਨਤਾਂ ਦੇ ਪੈਣਗੇ। ਇਹ ਆ ਗੱਭਰੂ ਚੌਲ ਜਿਹਨੇ ਜੱਫਾ ਲਾਏ, ਬਹੁਤ ਹੀ ਜੱਫਾ ਲਾ ਕੇ ਚੌਲ ਚੜ੍ਹਦੀ ਕਲਾ ਕਲਾਬ ਦੇ ਲਈ। ਲਓ ਗਿਆਨੀ ਦੇ ਨਾਲ ਇੱਕ ਵਾਰੀ ਤਾੜੀ ਮਾਰੋ ਇਸ ਗੱਭਰੂ ਦੇ, ਚੌਂਕਾਂ ਵਾਲੇ ਇਸ ਸੁਰਿੰਦਰ ਦੇ ਨਾਮ ਦੇ ਇੱਕ ਵਾਰੀ ਤਾੜੀ ਮਾਰੋ ਗੱਭਰੂ ਬਿੰਦਰ ਦੇ ਨਾਮ ਤੇ ਤਾੜੀ ਮਾਰ ਕੇ ਆਪਾਂ ਇਹਦਾ ਸਿੱਖੀ ਦਾ ਮਾਣ ਕਰੀਏ। ਜਦੋਂ ਕਿਤੇ ਆਈ ਅੱਗੇ ਆਊ ਤੇਰਾ ਖਾਲਸਾ, ਲੱਖਾਂ ਚੋਂ ਪਛਾਣਿਆ ਜਾਊ ਤੇਰਾ ਖਾਲਸਾ। ਸਿੱਖੀ ਦੀ ਪਹਿਚਾਣ ਵੱਖਰੀ, ਕੇਸ ਕਸਹਿਰਾ ਕੰਘਾ ਕਿਰਪਾਨ ਕੜਾ, ਲੱਖਾਂ ਵਿੱਚ ਦਿਸ ਪੈਂਦਾ ਇੱਕ ਸਿੱਖ ਸਰਦਾਰ ਖੜਾ। ਸਾਹਮਣੇ ਦੇਖਦਾ ਆ ਮਲਕ ਦੀ ਧਰਤੀ ਦੇ ਹਿੰਦੇ ਨੇ, ਪਹਿਲਵਾਨ ਜਫਾ ਲਾ ਕੇ ਆਪਣੀ ਟੀਮ ਦੇ ਹਿੱਸੇ ਅੰਕ ਜੁੜੇ। ਅਸੀਂ ਸਾਰੀਆਂ ਇਸ ਤਾਕਤ ਜੋ ਸਿੱਖਿਆ ਧੰਨਵਾਦ ਕਰਦੇ ਹਾਂ। ਔਰ ਢਾਈ ਬਾਰ ਪਿੰਟ ਹਾਊਸ ਸਾਡਾ ਵੀ ਗੋਲ ਡਾਕਟਰ ਦਾ ਵੀ ਬਹੁਤ ਧੰਨਵਾਦ, ਢਾਈ ਬਾਰ ਪਿੰਟ ਹਾਊਸ ਫਰੈਂਡੇ। ਔਰ ਖਾਲਸਾ ਡੀਜੇ ਸਾਊਂਡ ਸਰਸ ਰੋਡੇ ਤੇ ਨਾਲ ਹੀ ਫਰੈਂਡ ਜੀ ਡੀਜੇ ਸਾਊਂਡ ਸਰਸ ਜੁਆਨ ਵਾਲੀਆਂ ਵੀ ਜਿਹਨਾਂ ਨੇ ਲਾਈਟਾਂ ਲਾਈਆਂ, ਸਾਰਿਆਂ ਨੂੰ ਬਿਲਕੁਲ ਲਿਖਿਆ ਲਾਈਟਾਂ ਦੇ ਲੜੀਆਂ ਲੱਗੀਆਂ ਜਿਹੜੀ ਫ੍ਰੀ ਸੇਵਾ ਕੀਤੀ ਹੈ ਸਾਡੇ ਵੀਰਾਂ ਨੇ। ਜੀ ਧਾਲੀਵਾਲ ਮਾਲਕ ਹੈ, ਉਹਨਾਂ ਦਾ ਸਨਮਾਨ ਕਰਾਂ ਜਗਦੀਪ ਸਿੰਘ ਸਰਪੰਚ ਕੈਪਟਨ ਸਾਹਿਬ ਜੀ, ਕਰਵਾਨ ਸਿੰਘ ਧਾਲੀਵਾਲ ਮਾਲਕ ਆ ਜੀ, ਜਗਤਾਰ ਸਿੰਘ ਜੀ, ਰਣਧੀਰ ਸਿੰਘ ਤੇ ਜਗਤਾਰ ਸਿੰਘ ਕਮੇਟੀ ਨੂੰ ਪੰਜ ਪੰਜ ਹਜ਼ਾਰ 51-51 ਸੌ ਰੁਪਏ ਦਿੱਤਾ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹਾਂ ਰੋਡੇ ਤੇ ਜਰੈਕ, ਸੋਰੀ ਰੋਡੇ ਤੇ ਜਰੈਕ ਦੀਆਂ ਟੀਮਾਂ ਫਾਈਨਲ ਮੁਕਾ ਲਏ ਗਏ, ਟੈਂਟ ਬਾਰ ਓਪਨ ਦੇ ਫਾਈਨਲ ਦੀਆਂ ਟੀਮਾਂ ਜਲਦੀ ਪਹੁੰਚ ਜਾਣਗੇ। ਪ੍ਰਾਣ ਸਾਹਿਬ ਸਮਾਨ ਸਾਹਿਬ ਰਣਧੀਰ ਸਿੰਘ ਜੀ, ਸਮਾਨ ਸਾਹਿਬ ਨੇ 51-51 ਸੌ ਰੁਪਏ ਸਾਨੂੰ ਦਿੱਤਾ, ਬਹੁਤ ਧੰਨਵਾਦ ਸਮਾਨ ਸਾਹਿਬ। ਦਵਿੰਦਰ ਜੀ ਤੇ ਮੁਨੀਲਾ ਇਹ ਵੀ ਨਾਲ ਹੀ ਕਰ ਦਿਓ ਜੀ ਸਮਾਨ, ਚਲੋ ਜੀ ਚਲੋ। ਲਓ ਅਗਲੀ ਕਬੱਡੀ ਇੱਧਰੋਂ ਵੇਖਦਾ ਵੀ ਲੰਬੜ ਦੇ ਪਹਿਲਾ ਅੰਕ ਆਪਣੀ ਟੀਮ ਦੇ ਹਿੱਸੇ ਜੋੜ ਲਈ। ਅਗਲੀ ਕਬੱਡੀ ਦੇਖ ਰਿਹਾ ਵੀ ਸਾਹਮਣੇ ਰਾਊਟ ਪਿੰਡ ਵਾਲਾ ਗੱਭਰੂ ਬਿਆਨ ਸਿੰਘ ਵੱਡੇ ਮਾਣ ਕੀਤੇ ਆ,
ਆਪ ਸਾਡੇ ਵੀਰ ਬਿੰਦਰ ਮੰਡੀਲਾ ਨੇ ਇਸ ਗੱਭਰੂ ਨੂੰ ਮੋਟਰਸਾਈਕਲ ਦੇ ਨਾਲ ਲਓ ਸਾਹਮਣੇ ਦਿਖਦਾ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਿਹਾ ਗੱਭਰੂ ਆਹ ਚੰਨਾ ਬਹੁਤ ਵਧੀਆ ਚੰਨੇ ਨੇ ਕੋਸ਼ਿਸ਼ ਕੀਤੀ ਪਰ ਅੰਤ ਰਾਊਟ ਕਰਾ ਬਿਆਨ ਸਿੰਘ ਆਪਣੀ ਟੀਮ ਦੇ ਉੱਤੇ ਜੋੜ ਰਿਹਾ ਪਾ ਵੀ ਸੁਣਿਆ ਵੱਡੀ ਅਤੇ ਮਾਨ ਦਿੱਤੇ ਨੇ ਜਤਿੰਦਰ ਸਿੰਘ ਜੀ ਖਾਲਸੇ ਨੇ 40,000 ਰੁਪਇਆ ਪ੍ਰਾਈਜ ਤੇ ਸਾਡਾ ਵੀ ਗਿੱਪੇ ਸੂ ਪਜਾਏ ਬਹੁਤ ਮਿਹਰਬਾਨੀ ਜੀ ਲਓ ਸਾਹਮਣੇ ਦਿਖਦਾ ਜੀ ਪੈਂਦੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ ਹੁਣ ਦੇਖਦਾ ਜਮਾਨਾ ਸਾਰਾ ਖੜ ਖੜ ਕੇ ਦੁਨੀਆਂ ਤੱਕ ਦੀ ਇਸ ਕਬੱਡੀ ਨੂੰ ਔਰ ਦਿਖਦਾ ਵੀ ਮਲਕ ਵਾਲਾ ਗੱਭਰੂ ਹਿੰਦਾ ਪਰ ਨਹੀਂ ਮੰਨਦਾ ਗਿਆ ਨੀ ਆਵੇ ਸਾਡੇ ਨਾਲ ਜਾਵੇ ਕਿਸੇ ਹੋਰ ਨਾਲ ਪਹਿਲੇ ਉੱਥੇ ਲਾਗ ਸਕਣ ਪੈਸਾ ਭਾਈ ਜਸਵੀਰ ਸਿੰਘ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਗਰਾਊਂਡ ਦਾ ਚੱਕਰ ਲਾ ਕੇ ਇਸ ਕਬੱਡੀ ਦਾ ਆਨੰਦ ਮਾਣਦੇ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਸਤਿਕਾਰ ਦੇ ਸ਼ਿਸ਼ਤਾਂ ਮੈਂ ਬੋਲਾਂ ਚਾਹੇ ਨਾ ਬੋਲਾਂ ਸਾਰਿਆਂ ਦੇ ਨਾਂ ਪਰਮਾਤਮਾ ਜਾਂਦਾ ਹੈ ਮੈਂ ਬੋਲਾਂ ਚਾਹੇ ਨਾ ਬੋਲਾਂ ਮੈਂ ਸਭ ਨੂੰ ਰੱਬ ਦੀ ਥਾਂ ਬੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਹੈ ਮੈਂ ਕਿਹਦਾ ਕਿਹਦਾ ਨਾ ਬੋਲਾਂ ਇੱਥੇ ਹਰ ਸ਼ਖਸੀਅਤ ਨਾਮੀ ਹੈ ਮੈਂ ਕਿਹਦਾ ਕਿਹਦਾ ਨਾ ਬੋਲਾਂ ਅਗਲੀ ਕਬੱਡੀ ਜੱਸਾ ਗੱਭਰੂ ਚਲਾਏ ਕਰਦੀ ਕਲਾ ਕਬੱਡੀ ਕਲੱਬ ਵੱਲੋਂ ਕਬੱਡੀ ਪਾਉਣ ਦੇ ਲਈ ਜੱਸਾ ਆਹ ਦੌਦਰ ਵਾਲਾ ਗੱਭਰੂ ਮਾਣਾ ਵੀ ਧੱਕੋ ਧੱਕੀ ਹੁੰਦਾ ਯਾਰ ਦੌਦਰ ਦਾ ਪੀਤਾ ਵੀ ਸੋਹਣੇ ਜੱਪੇ ਲਾਉਂਦਾ ਲੰਡਿਆਂ ਦਾ ਦੀਪਾ ਵੀ ਧੱਕੋ ਧੱਕੀ ਹੁੰਦਾ ਦੌਦਰ ਦਾ ਪੀਤਾ ਵੀ ਕੈਨੇਡਾ ਚ ਮਾਸਟਰ ਕਰਤਾਰ ਸਿੰਘ ਜੀ ਉਹਨਾਂ ਨੇ ਸਾਨੂੰ 51,000 ਰੁਪਏ ਭੇਜਿਆ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਅਤੇ ਉਹਨਾਂ ਦੇ ਰਿਸ਼ਤੇਦਾਰ ਜੋ ਬਾਗੇ ਪਿੰਡ ਰਹਿੰਦੇ ਮਾਸਟਰ ਹਰਮਿੰਦਰ ਸਿੰਘ ਜੀ ਯੂਕੇ ਸਾਡਾ ਵੀ ਹਰਮਿੰਦਰ ਸਿੰਘ ਬਾਗਾ ਪੁਰਾਣਾ ਜੇ ਉਹ ਇੱਥੇ ਆਇਆ ਤਾਂ ਸਾਨੂੰ ਸਟੇਜ ਤੇ ਆਉਣ ਅਤੇ ਆਪਣਾ ਸਨਮਾਨ ਲੈ ਜਾਣ ਪਰਮਿੰਦਰ ਸਿੰਘ ਜੀ ਮਾਸਟਰ ਜੀ ਬਾਗਾ ਪੁਰਾਣਾ ਹਰਮਿੰਦਰ ਸਿੰਘ ਜੀ ਬਹੁਤ ਸਾਜਕ ਸ਼ਖਸੀਅਤ ਹਰਮਿੰਦਰ ਸਿੰਘ ਯੂਕੇ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਤੇ ਨਾਲ ਦੀ ਨਾਲ ਜਗਤਾਰ ਸਿੰਘ ਜੀ ਟੂਰਨਾਮੈਂਟ ਕਮੇਟੀ ਨੂੰ ਇੰਗਲੈਂਡ ਤੋਂ ਬੈਠੇ ਮੁਬਾਰਕਬਾਦ ਭੇਜ ਰਹੇ ਨੇ ਹਰਮਿੰਦਰ ਸਿੰਘ ਜੀ ਯੂਕੇ ਤੋਂ ਅੱਜ ਦੇ ਟੂਰਨਾਮੈਂਟ ਦੀ ਟੂਰਨਾਮੈਂਟ ਕਮੇਟੀ ਨੂੰ ਮੁਬਾਰਕਬਾਦ ਦੇ ਰਹੇ ਨੇ ਬਹੁਤ ਮਿਹਰਬਾਨੀ ਜੀ ਔਰ ਸਾਹਮਣੇ ਦਿਖਦਾ ਫਿਰ ਇਸ ਵਕਤ ਪੂਰਾ ਗੱਭਰੂ ਸਰਪੰਚ ਸੁਖਦੇਵ ਸਿੰਘ ਜੀ ਸੰਗਤਪੁਰਾ ਉਹ ਕਮੇਟੀ ਨੂੰ 5,500 ਰੁਪਏ ਦੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਪੱਤਰਕਾਰ ਅਜੀਤ ਬੰਬੀਆ ਸਾਹਿਬ ਉਹ ਵੀ ਪਹੁੰਚ ਚੁੱਕੇ ਆ ਬਹੁਤ ਧੰਨਵਾਦ ਸਨਮਾਨ ਵੀ ਕਰਨਾ ਲਿਆ ਜੀ ਇੰਟਰਨੈਸ਼ਨਲ ਪੰਥਕਦਾਰ ਯੂਕੇ ਵੱਲੋਂ ਪਰਮਜੀਤ ਸਿੰਘ ਜੀ ਢਾਡੀ ਵੱਲੋਂ 2,000 ਰੁਪਇਆ ਚੜ੍ਹਦੀ ਕਲਾ ਕਬੱਡੀ ਕਲੱਬ ਦੇ ਲਈ ਪਹੁੰਚਿਆ ਬਹੁਤ ਮਿਹਰਬਾਨੀ ਜੀ 1,000 ਰੁਪਏ ਦਾ ਵੱਡਾ ਮਾਨ ਔਰ ਮਿਹਰਬਾਨੀ ਔਰ ਨਾਲ ਹੀ ਸਕੋਰ ਮੈਨ ਦਾ ਬਹੁਤ ਧੰਨਵਾਦ ਜੀ ਹਰਪ੍ਰੀਤ ਸਾਡਾ ਵੀਰ ਬਿੱਟੂ ਗੁਰਮੁਖ ਸਿੰਘ ਜੀ ਔਰ ਨਾਲ ਹੀ ਲੱਕਾ ਸਾਡੇ ਵੀਰ ਸਾਰਿਆਂ ਦਾ ਬਹੁਤ ਧੰਨਵਾਦ ਜੀ ਵਧੀਆ ਜਿਵੇਂ ਵਧੀਆ ਸਾਹਮਣੇ ਨੇ ਜਿੰਨੇ ਵੀ ਸਾਡੇ ਸਤਿਕਾਰ ਦੇ ਵੀਰ ਸਾਰਿਆਂ ਦਾ ਸਮੇਂ ਸਿਰ ਧੰਨਵਾਦ ਕਰਾਂਗੇ ਔਰ ਵੱਡੇ ਮਾਨ ਲਓ ਅਗਲੀ ਕਬੱਡੀ ਦੀ ਗੱਲ ਫਿਰ ਕਰਦੇ ਹਾਂ ਔਰ ਨਾਲ ਹੀ ਫਾਈਨਲ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਹੈ ਰੋਡੇ ਤੇ ਟਰੈਕ ਦੀ ਟੀਮ ਜਿਹੜੀ ਜਲਦੀ ਕਰ ਕੇ ਰੋਡੇ ਤੇ ਟਰੈਕ ਦਾ ਪ੍ਰਬੰਧ ਕਰਨ ਨੂੰ ਬੇਨਤੀ ਹੈ ਵੀ ਆਪਾਂ ਨਾਲ ਜਿਹੜਾ ਮੈਚ ਜਿਹੜਾ ਸ਼ੁਰੂ ਕਰ ਦੇਣਾ ਅਗਲੇ ਮੈਚਾਂ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਲਦੀ ਗਰਾਊਂਡ ਪਹੁੰਚੋ ਰੋਡੇ ਤੇ ਟਰੈਕ ਨੂੰ ਬੇਨਤੀ ਆ ਵੀ ਟਾਈਮ ਬਹੁਤ ਹੋ ਗਿਆ ਹੁਣ ਤੁਸੀਂ ਸਾਥੋਂ ਅਨਾਊਂਸਮੈਂਟ ਨਾ ਕਰਾਇਓ ਰੋਡੇ ਤੇ ਟਰੈਕ ਕਿਰਪਾ ਕਰਕੇ ਆਪਣੇ ਟਾਈਮ ਤੇ ਪਹੁੰਚ ਜਿਓ ਤੁਸੀਂ ਲੇਟ ਨਾ ਕਰਿਓ ਸਾਨੂੰ ਇੰਟਰਨੈਸ਼ਨਲ ਪੰਥਕਦਾਰ ਇੰਗਲੈਂਡ ਯੂਕੇ ਉਹਨਾਂ ਨੂੰ ਵੀ ਜਿਹਨੇ ਵੀ ਚੜ੍ਹਦੀ ਕਲਾ ਕਲੱਬ ਦੇ ਖਿਡਾਰੀ ਪੜ੍ਹ ਲੈਣਗੇ 100 ਰੁਪਇਆ ਹਰੇਕ ਪਾਰਟ ਤੇ ਹੋਵੇਗਾ ਔਰ ਇੰਟਰਨੈਸ਼ਨਲ ਪੰਥਕਦਾਰ ਯੂਕੇ ਵੱਲੋਂ ਤੇ ਮਾਨ ਦਿੱਤੇ ਜਾਣਗੇ ਲਓ ਨਈ ਰਿਸਾ ਅਡਾਕ ਦੀ ਫੱਕੀ ਔਰ ਬੱਲੇ ਬੱਲੇ ਵਾਲੀ ਗੱਲ ਔਰ ਸਾਹਮਣੇ ਦਿਖਦਾ ਜਾਲ ਗੱਭਰੂ ਭਾਈਵਾਲ ਬੇਟ ਵਾਲਾ ਗੱਭਰੂ ਚੌਲ ਜੀ ਦੇ ਜਫਾ ਲਾ ਕੇ ਬਹੁਤ ਹੀ ਸੋਹਣਾ ਅੰਕ ਆਪਣੀ ਟੀਮ ਦੇ ਉੱਤੇ ਜੋੜਿਆ ਹੈ ਹਲੋ ਤਾਰ ਸਿੰਘ ਜਗਤਾਰ ਸਿੰਘ ਤਾਰ
ਹਾਂ ਆਪਣੀ ਟੀਮ ਜਿੱਤੀ ਹੈ ਤਾਂ ਤਾਂ ਜਿਹੜੇ ਪੈਸੇ ਇੱਥੇ ਜਾਣਗੇ। ਹਾਂ ਜਿੰਨੇ ਵੀ ਪੁਆਇੰਟ ਲੈਣਗੇ ਚੜ੍ਹਦੀ ਕਲਾ ਕਲਾ ਵਾਲੇ ਗੱਭਰੂ ਪੰਥਕ ਦਲ ਵਾਲੇ ਕਹਿੰਦੇ ਵੀ ਜੇ ਟੀਮ ਜਿੱਤ ਗਈ ਤਾਂ ਉਸ ਹਿਸਾਬ ਨਾਲ ਪੁਆਇੰਟਾਂ ਦੇ ਪੈਸੇ ਤੇ ਜਾਣਗੇ। ਪੰਥਕ ਦਲ ਯੂਕੇ ਵਾਲੇ ਸਾਡੇ ਬਹੁਤ ਸਤਿਕਾਰਯੋਗ ਸ਼੍ਰੀ ਤਾਂ ਪੁੱਜੀਆਂ ਨੇ, ਮਾਨਯੋਗ ਚਿਹਰੇ ਪੁੱਜੇ ਨੇ, ਸਾਰਿਆਂ ਨੂੰ ਪਰਮਾਤਮਾ ਨਾਂ ਜਾਣਦਾ ਏ। ਲਓ ਸਾਹਮਣੇ ਵੇਖਦਾ ਵੀ ਕਾਂਕਿਆਂ ਵਾਲੇ ਗੱਭਰੂ ਨੇ ਕਮਾਲ ਕਰਤੀ, ਮਾਰ ਮਾਰ ਧੌੜਾਂ ਮਿੱਟੀ ਨਾਲ ਕਰਤੀ। ਆਹ ਕਾਂਕਿਆਂ ਵਾਲਾ ਗੱਭਰੂ ਕਮਾਲ ਕਰਦਾ ਏ। ਅਗਲੀ ਕਬੱਡੀ ਆਹ ਦੱਸਦਾ ਵੀ ਸਾਰ ਜਿੰਨਾ ਜ਼ੋਰ ਸੀਗਾ, ਸਾਰ ਜਿੰਨਾ ਜ਼ੋਰ ਕੀਪਾ ਸਾਧੋਵਾਲ ਦਾ ਪਾਉਣਾ ਸੀ ਕਬੱਡੀ ਨੂੰ ਪਤਾਲ ਕੇ ਪਤਾਲ ਦਾ ਸਾਧੋਵਾਲੀਏ ਕੀਤੇ ਨੂੰ ਦੌਲਤ ਤੇ ਸ਼ੇਰ ਬਣਾਏ, ਛਾਤੀਆਂ ਤੇ ਸ਼ੇਰ ਬਾਜ ਛਪਵਾਏ ਦੌਲਾਂ ਤੇ, ਫਿਰ ਤੋਂ ਛਪ ਕੇ ਲੱਗੀ ਦੇਖ ਲਓ ਕੰਧਾਂ ਕੌਲਿਆਂ ਤੇ, ਬਈ ਵਰਲੇ ਨਾਲ ਕਮਾਉਂਦੇ ਜਵਾਨੀ ਆਉਂਦੀ ਸਾਰਿਆਂ ਤੇ, ਜੇ ਖਾਧੀ ਹੋਵੇ ਖੁਰਾਕ ਤਾਂ ਰੰਗ ਵਿਖਾਉਂਦੀ ਖਾਣਿਆਂ ਤੇ, ਜੇ ਕੀਤੀ ਹੋਵੇ ਮਿਹਨਤ ਤਾਂ ਰੰਗ ਲਿਆਉਂਦੀ ਖਾਣਿਆਂ ਤੇ। ਲਓ ਜੀ ਵਾਟਰ ਬ੍ਰੇਕ ਹੋ ਗਿਆ ਜੀ, ਹਾਂਜੀ ਮੈਚ ਤੁਹਾਡੇ ਕੋਲ ਜੀ ਵਾਟਰ ਬ੍ਰੇਕ ਹੋ ਚੁੱਕੀ। ਹਾਂਜੀ ਜਸਜੀਤ ਸਿੰਘ ਜੀ ਬੂਟਾ ਜਿਹਨਾਂ ਨੇ ਸਾਨੂੰ 10,000 ਰੁਪਏ ਦਿੱਤਾ, ਸਰਪੰਚ ਸਾਹਿਬ ਤੇ ਕਮੇਟੀ ਉਹਨਾਂ ਨੇ ਸਨਮਾਨਿਤ ਕਰ ਰਹੀ ਆ। ਹਾਂਜੀ ਅੱਧੇ ਸਮੇਂ ਦੇ ਆਪਾਂ ਸਪੋਰਟ ਸਾਂਝੇ ਕਰੀਏ ਦਰਸ਼ਕਾਂ ਦੇ ਨਾਲ। ਜਗਤਾਰ ਸਿੰਘ ਜੀ ਜੇਈ ਪੱਤੀ ਰੂਪਾ ਜੀ ਉਹਨਾਂ ਦਾ ਬੇਟਾ ਸਾਹਮਣੇ ਖੜਾ, ਤੁਸੀਂ ਆ ਕੇ ਸਨਮਾਨ ਲੈ ਲਓ ਜਾਂ ਜਗਤਾਰ ਸਿੰਘ ਨੂੰ ਭੇਜ ਦਿਓ। ਗਿਆਨੀ ਦਰਸ਼ਨ ਸਿੰਘ ਜੀ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਦੇ ਕਥਾ ਵਾਚਕ ਆ, ਉਹਨਾਂ ਨੂੰ ਬੇਨਤੀ ਹੋਈ ਸਨਮਾਨ ਲੈਣਾ ਆਪਣਾ। ਸਾਡੇ ਗਿਆਨੀ ਸੁਖਵਿੰਦਰ ਸਿੰਘ ਜੀ ਤੁਸੀਂ ਵੀ ਆ ਜਾਓ ਜੀ, ਕਹਿ ਰਿਹਾ ਠੀਕ ਹੈ ਜੀ। ਗਿਆਨੀ ਦਰਸ਼ਨ ਸਿੰਘ ਜੀ ਗਿਆਨੀ ਦਰਸ਼ਨ ਸਿੰਘ ਜੀ ਅੱਗੇ ਕਰੋ ਜੀ। ਸੂਬੇਦਾਰ ਪ੍ਰਵਾਨ ਸਿੰਘ ਜੀ ਉਹ ਵੀ ਆ ਜਾਣਗੇ, ਇੱਥੇ ਹੈਗੇ ਨੇ ਉਹਨਾਂ ਦੇ ਨਾਲ। ਸਤਿਕਾਰਯੋਗ ਬਾਬਾ ਫਾਰਾ ਸਿੰਘ ਜੀ ਜੋ ਸਾਬਕਾ ਸਰਪੰਚ ਨੇ, ਉਹਨਾਂ ਦਾ ਪ੍ਰਭਾਵ ਸਾਡੇ ਕੋਲ ਆਉਣ ਅਤੇ ਸਨਮਾਨ ਲੈਣ। ਚਮਕੌਰ ਸਿੰਘ ਜੀ ਰੋਡੇ ਜਰਮਨ, ਉਹਨਾਂ ਦਾ ਬੇਟਾ ਜੇ ਇੱਥੇ ਆਇਆ ਤਾਂ ਜ਼ਰੂਰ ਸਾਨੂੰ ਦਰਸ਼ਨ ਦੇਵੇ ਤੇ ਆਪਦਾ ਸਨਮਾਨ ਲਵੇ। ਆਓ ਜੀ ਸਾਡੇ ਬਹੁਤ ਸਾਡੇ ਕਿਰਨਦੀਪ ਬਣਗੇ ਭਾਈ ਵਾਲੇ ਪੱਤਰਕਾਰ ਸਾਡੇ ਜੀ। ਹਸਮੁੱਖ ਜਾ ਇੱਕ ਮੁੰਡਾ ਸੀ ਜੋ ਪੜ੍ਹਦਾ ਮੇਰੇ ਨਾਲ ਕੁੜੇ, ਆ ਪੱਤਰਕਾਰਾਂ ਵਾਂਗੂ ਮੈਨੂੰ ਪੁੱਛਦਾ ਰਹੇ ਸਵਾਲ। ਮੈਂ ਤਾਂ ਕੱਲ ਤਾਂ ਪੁੱਛਦਾ ਵੀ ਕਿਰਨਦੀਪ ਜੀ ਸਾਹਿਬ ਸਾਰੇ ਪੱਤਰਕਾਰ ਪਹੁੰਚ ਗਏ ਆ, ਬੰਦੀਸ਼ੇ ਭਾਈ ਤੋਂ ਕਿਰਨਦੀਪ ਵਿਸ਼ੇਸ਼ ਤੌਰ ਤੇ ਪੁੱਜੇ ਨੇ, ਬਹੁਤ ਮਿਹਰਬਾਨੀ। ਸੁਆਗੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਮਾਸਟਰ ਪੱਤੀ ਬਾਦਲ, ਉਹਨਾਂ ਨੇ ਪਰਿਵਾਰ ਦਾ ਜੇ ਕੋਈ ਮੈਂਬਰ ਸਾਹਿਬ ਆਉਣਾ ਸਟੇਜ ਤੇ ਆਵੇ ਤੇ ਆਪਣਾ ਸਨਮਾਨ ਲੈ ਜਾਣ। ਸੰਭਲ ਕੇ ਗੱਭਰੂ ਦੇ ਸੱਟ ਲਾ ਗਈ ਚਾਹ ਕੇ। ਬਲਦੇਵ ਸਿੰਘ ਜੀ ਮਾਰਕੀਟ ਕਮੇਟੀ ਮੋਗਾ, ਇਹ ਜਗਤਾਰ ਸਿੰਘ ਦਾ ਸਪੁੱਤਰ ਆ, ਇਹਨਾਂ ਨੇ ਐਰ ਕੀ ਖਾਸ ਕਰਕੇ ਸਾਡੇ ਟੂਰਨਾਮੈਂਟ ਕਮੇਟੀ ਨੂੰ ਇੱਕ ਮੈਂਬਰ ਦਿੱਤਾ, ਇੱਕ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਸਹਿਯੋਗ ਦਿੱਤਾ ਸਾਰੀ ਰੂਪਾਪੱਤੀ ਨੇ, ਬਹੁਤ ਬਹੁਤ ਧੰਨਵਾਦ। ਜਿੰਦਾ ਸਿੰਘ ਮੈਂਬਰ ਪੱਤੀ ਯਾਦਾਂ ਨੂੰ ਬੇਨਤੀ ਆ, ਦੋ ਤਿੰਨ ਵਾਰੀ ਬੇਨਤੀ ਮੈਂ ਕਰ ਚੁੱਕਿਆ, ਜਿੱਥੇ ਵੀ ਉਹਨਾਂ ਦਾ ਪਰਿਵਾਰ ਦਾ ਕੋਈ ਲੜਕਾ ਉਹਨਾਂ ਦਾ ਜਾਂ ਜਿੰਦਾ ਸਿੰਘ ਮੈਂਬਰ ਆਪ ਹੈਗੇ ਆ, ਕਿਰਪਾ ਕਰਕੇ ਸਟੇਜ ਤੇ ਆਉਣ। ਹਾਂਜੀ ਨੀਲਾ ਸਿੰਘ ਮੈਂਬਰ ਸਾਡਾ ਕਮੇਟੀ ਦਾ ਜੋ ਉਹ ਵੀ ਥੰਮ ਆ, ਉਹਨੂੰ ਬੇਨਤੀ ਆ ਲਿਆਓ ਸਾਡੇ ਮੈਂਬਰ ਚੰਗੀ ਹੈਗੇ ਤਾਂ ਲਿਆਓ ਉਹਨੂੰ ਸਮਾਨ। ਨੀਲਾ ਸਿੰਘ ਮੈਂਬਰ ਜੀ ਤੁਸੀਂ ਵੀ ਆ ਜਾਓ,
ਲਓ ਸਾਹਮਣੇ ਗੱਭਰੂ ਲੰਬੜ। ਹਾਂਜੀ ਬਾਈ ਜੀ, ਜਗਤਾਰ ਸਿੰਘ ਜੀ ਬੋਲੋ ਜੀ। ਸੰਤ ਬਾਬਾ ਕਿਰਪਾਲ ਸਿੰਘ ਜੀ ਦੇ ਪੋਤਰੇ ਸਰਦਾਰ ਸਵਰਨ ਸਿੰਘ ਜੀ, ਗੁਰਪ੍ਰੀਤ ਦੇ ਪਿਤਾ, ਉਹ ਵੀ ਸਨਮਾਨ ਲੈਣ ਆਪਣਾ ਨੀਲਾ ਸਿੰਘ ਮੈਂਬਰ, ਤੁਸੀਂ ਆ ਜਾਓ ਭਾਈ। ਪਿੱਛੇ ਨੂੰ ਕਰ ਲਓ ਮਾੜਾ ਕੈਮਰਾ। ਲਓ ਸਾਹਮਣੇ ਦੇਖਦਾ ਵੀ ਗੱਭਰੂ ਬੇਅੰਤ ਹੋ ਗਈ, ਬੱਲੇ 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 ਗੱਭਰੂ ਕਲੇਰਾਂ ਦੀ। ਲਓ ਸਾਂਝਾ ਦੇ ਜਿਹੜੇ ਆਉਂਦੇ ਇੱਕ ਮਿੰਟ ਦੀ ਬੱਲੇ ਬੱਲੇ ਹੋ ਗਈ ਆ। ਤੁਹਾਡਾ ਕਹਿੰਦਾ ਵੀ ਕੈਸ਼ ਕਬੱਡੀ ਤੇ ਗੱਲ ਜ਼ਰੂਰ ਕਰਨੀ ਹੈ। ਬੇਅੰਤ ਰਾਊਟ ਦੇ ਪਿੰਡੋਂ ਔਰ ਸਾਹਮਣੇ ਦੇਖਦਾ ਵੀ ਬਹੁਤ ਸਾਰਾ ਜਵਾਬ ਸੰਭਲ ਕੇ ਸਾਡੇ ਲਾਗੀ ਮੁੰਡੇ ਦੇ ਸਾਹਮਣੇ। ਹਾਂ ਬਾਈ ਜਗਤਾਰ ਸਿੰਘ ਜੀ, ਸੰਤ ਬਾਬਾ ਕਿਰਪਾਲ ਸਿੰਘ ਜੀ ਦੇ ਪੋਤਰੇ, ਉਹਨਾਂ ਦਾ ਸਨਮਾਨ ਹੋ ਰਿਹਾ, ਕਮੇਟੀ ਕਰ ਰਹੀ ਆ। ਐਲਕੀ ਸਤਨਾਮ ਸਿੰਘ ਨੇ ਬਹੁਤ ਉਦਮ ਕਰਕੇ ਸੰਗਤਾਂ ਨੂੰ ਪਿੰਡ 'ਚ ਕਹਿਣ ਦਾ, ਜਨਮ ਅਸਥਾਨ ਤੇ ਮਿੱਟੀ ਪਾਉਣ ਦਾ ਬਹੁਤ ਵਧੀਆ ਕੰਮ ਕੀਤਾ। ਉਹ ਵੀ ਨਾਲ ਹੀ ਨੇ ਹਾਂਜੀ। ਲਓ ਸਾਹਮਣੇ ਦੇਖਦਾ ਵੀ ਬਹੁਤ ਹੀ ਵਧੀਆ ਫਿਰ ਕਬੱਡੀ ਪੈਂਦੀ ਹੋਈ। ਆਹ ਦੇਖਦਾ ਵੀ ਗੋਸ਼ਤੀ ਮੱਖਣ ਗੋਸ਼ਤੀਆਂ ਬਣਾ ਕੇ ਗੱਭਰੂ ਜੱਗੀ, ਮੱਖਣ ਗੋਸ਼ਤੀਆਂ ਪਿੰਡ ਤੇ ਜੱਗੀ ਨਾ ਗੱਭਰੂ ਦਾ ਨਾ ਰੀਸਾ ਇੰਗਲੈਂਡ ਦੇ ਸੀਜ਼ਨ ਦਾ ਬਹੁਤ ਹੀ ਤਕੜਾ ਖਿਡਾਰੀ ਹੈ। ਬ੍ਰਿਸ਼ ਭਾਵੀ ਮੰਨਿਆ ਏ ਮੱਖਣ ਵਾਲੀ ਜਨਾਬ ਦੱਸ ਗਏ ਨੇ, ਇੰਗਲੈਂਡ ਦੇ ਬੜੇ ਤਾਗੇ ਤਾਏ ਬੋਲੇ। ਪਰ ਸਾਹਮਣੇ ਦੇਖਦਾ ਵੀ ਸ਼ਾਨਦਾਰ ਜਫਾ ਲਾ ਕੇ ਗੱਭਰੂ ਜੌਲ ਨੇ ਜਫਾ ਲਾਏ ਔਰ ਅਗਲੀ ਕਬੱਡੀ ਫਿਰ ਆਹ ਬੇਨਤੀ ਆ ਜੀ, ਪਹਿਲੀਆਂ ਫਾਈਨਲ ਦੀਆਂ ਦੋਨੋਂ ਟੀਮਾਂ ਪਹੁੰਚ ਜਾਣ, ਫਾਈਨਲ ਦੀਆਂ ਟੀਮਾਂ ਬੇਨਤੀ ਆ ਕਲੱਬ ਵੱਲੋਂ ਜਲਦੀ ਪਹੁੰਚਣ। ਔਰ ਨਾਲ ਸੰਤ ਜਗਰਾਜ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਜਨਮਦਿਨ ਸਮਾਪਤ ਹੋਇਆ ਕ੍ਰਿਕਟ ਦਾ ਟੂਰਨਾਮੈਂਟ ਹੋਣ ਲੱਗੀ 700 ਕ੍ਰਿਕਟ ਦਾ। ਹਾਂ ਟੂਰਨਾਮੈਂਟ ਜਿਹੜਾ ਆਪਣੇ 15-16 ਤੇ 17 ਪੁਲਾਂ ਪਿੰਡ ਰੋਡਾਂ ਦੀ ਧਰਤੀ ਤੇ, ਪਹਿਲਾ ਨਾਮ 5500, ਦੂਜਾ 4300, ਤੀਜਾ 1100 ਔਰ 7000 ਨਾਮ ਹੋਵੇਗਾ ਜੀ। ਔਰ ਨਾਲ ਮੈਂ 19-20 ਤੇ 21 ਤਰੀਕ ਖੋਟਿਆਂ ਦੇ ਖੇਡ ਮੇਲੇ ਦੀ ਹੋਵੇਗੀ, 51000 ਤੇ 35000 ਨਾਮਾ ਹੋਏਗਾ। ਪਰਮਜੀਤ ਸਿੰਘ ਜੀ ਸਾਡੇ ਵੀ ਪ੍ਰਧਾਨ ਸਾਹਿਬ ਖੁੱਲ੍ਹੇ ਸਵੇਰੇ ਕੈਨੇਡਾ ਵਾਲੇ ਪਰਮਜੀਤ ਸਿੰਘ ਜੀ ਔਰ ਰਾਜੂ ਸਿੱਧੂ ਸਾਹਿਬ 21 ਤਰੀਕ ਨੂੰ ਕਬੱਡੀ ਓਪਨ ਦੇ ਮੈਚ ਟੈਸਟ ਰੇਡ ਤੇ ਜਾਪੀ ਨੂੰ ਖੋਟਿਆਂ ਦੀ ਧਰਤੀ ਤੇ ਵੱਡੇ ਮੈਚ ਹੋਣਗੇ 21 ਤਰੀਕ ਨੂੰ। ਮਾਣੂਕੇ ਗਿੱਲਾਂ ਦੇ ਧਰਤੀ 16-17 ਤੇ 18 ਤਰੀਕ ਮਾਣੂਕੇ ਗਿੱਲਾਂ ਦੇ ਖੇਡ ਮੇਲੇ ਦੀ ਹੋਵੇਗੀ। 17 ਤਰੀਕ ਨੂੰ ਕਬੱਡੀ ਪਿੰਡ ਵਾਲ ਓਪਨ ਦੇ ਮੈਚ ਹੋਣਗੇ। ਆਹ ਸੁਖਵੰਤ ਮੰਡੀਲਾ ਵਾਲਾ ਪੁੱਛਦਾ ਏ ਨੋਟਾਂ ਦੀ ਵਰਖਾ ਕਰਦੇ ਨੀ ਮੇਰੇ ਵੀਰ ਕਹਿੰਦਾ, ਔਰ ਵੱਡੇ ਮਾਨ ਦੇ ਸੁਖਵੰਤ ਬਰਾੜ ਜੀ ਮੰਡੀਲਾ ਵਾਲੇ ਵੱਡੇ ਮਾਨ ਕੱਲ੍ਹ ਤੇ 500 ਰੁਪਇਆ ਬੋਲਣ ਤੋਂ ਖੁਸ਼ ਹੋ ਗਏ। ਔਰ ਮਲਕ ਵਾਲਾ ਹਿੰਦਾ ਤੇ ਇਸ ਵਕਤ ਅੰਕ ਡਬਲ ਟੈਗ ਦੱਸਦੇ ਨੇ ਸਰਦਾਰ ਸਾਹਿਬ ਸੁਰਜੀਤ ਬਰਾੜ ਸਾਹਿਬ ਪੱਤੋ ਦੇ ਨਾਲ ਰੋਸ਼ਨੀ ਹੋ ਗਏ ਜੱਦੀ ਪਿੰਡ ਵੈਰੋ ਕੇ ਔਰ ਕੋਟਲਾ ਮੇਰ ਸਿੰਘ ਮਰੀਏ ਮਾਤਾ ਅਵਤਾਰ ਸਿੰਘ ਜੀ ਤਾਰੀ ਦੇ ਨਾਲ ਪੂਰਾ ਪਿਆਰ ਆ ਤੇ ਕਹਿੰਦੇ ਇਕੱਠੇ ਖੇਡੇ ਆ ਇਕੱਠੇ ਗਰਾਊਂਡਾਂ ਵਿੱਚ ਰਹੇ ਤੇ ਬੜਾ ਪਿਆਰ ਵੱਡਾ ਮਾਨ ਬਖਸ਼ਾ ਸਾਨੂੰ ਉਹਨਾਂ ਨੇ। ਭਾਈ ਇਕਬਾਲ ਸਿੰਘ ਹੋਰਾਂ ਨੇ ਕੈਨੇਡਾ ਵਿੱਚ ਬੈਠੇ ਸਾਡੇ ਵੀਰ। ਹਾਂਜੀ ਹਾਂਜੀ, ਸੂਬੇਦਾਰ ਬਲਵੰਤ ਸਿੰਘ ਜੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆ ਕਿਰਪਾ ਕਰਕੇ ਆ ਜਾਓ, ਅਸੀਂ ਉਹਨਾਂ ਦਾ ਸਨਮਾਨ ਕਰ ਰਹੇ ਹਾਂ। ਸੂਬਾ ਸੂਬੇਦਾਰ ਬਲਵੰਤ ਸਿੰਘ ਜੀ ਆਪ ਹੀ ਹੈਗੇ ਨੇ। ਵਾਹ ਜੀ ਵਾਹ, ਹੋ ਗਈ ਬੱਲੇ ਬੱਲੇ ਜੀ। ਆਹ 30 ਸਕਿੰਟ ਦਾ ਸਮਾਂ ਪੂਰਾ ਹੋ ਚੁੱਕਾ ਹੈ। ਆਹ ਮੇਰੀ ਬੇਨਤੀ ਕਬੱਡੀ ਓਪਨ ਦੇ ਫਾਈਨਲ ਦੀਆਂ ਟੀਮਾਂ ਹਜੇ ਤੱਕ ਕੋਈ ਨਹੀਂ ਪਹੁੰਚੀਗੀ, ਟਰੈਕ ਤੇ ਰੋਡੇ ਦੋਨੋਂ ਟੀਮਾਂ ਜਲਦੀ ਪਹੁੰਚਣ। ਲਓ ਵੀ ਖਾਲਸੇ ਦੀ ਬੱਲੇ ਬੱਲੇ
ਲਓ ਸਾਹਮਣੇ ਵਿਖਦਾ ਵੀ ਆ ਸਕਤ ਚੌਕਿਆਂ ਵਾਲਾ ਗੱਭਰੂ ਗਿਆਨੀ ਕਬੱਡੀ ਪਾਉਂਦਾ ਹੋਇਆ ਪਰਮਿੰਦਰ ਸਿੰਘ ਔਰ ਕਿਹੜਾ ਗੱਭਰੂ ਇੱਕ ਪਾਸੇ ਨਿਕਾਹ ਖਾੜੇ ਪਿੰਡ ਵਾਲਾ ਆਓ ਛੋਟੀ ਉਮਰ ਮੱਲਾ ਵੱਡੀਆਂ ਮਾਰਦਾ ਏ ਛੋਟੀ ਉਮਰੇ ਮੱਲਾ ਮਾਰਦੇ ਨੇ ਵੱਡੀਆਂ ਚੁੰਘਦੇ ਨੇ ਬੂਰੀਆਂ ਗੁਰਮੁਖ ਸਾਹਿਬ 100 ਰੁਪਇਆ ਪਾਉਂਦੇ ਆ ਮੁੰਡੇ ਨੂੰ ਇਹ ਪੁਆਇੰਟ ਲਓ ਕਿੱਦਾਂ ਔਰ ਸਿੱਖੀ ਵੀ ਸਾਂਭੀ ਤੇ ਕਬੱਡੀ ਸਾਂਭੀ ਆ ਲਓ ਹੋਗੀ ਬੱਲੇ ਬੱਲੇ ਗੱਭਰੂ ਕਲੇਰਾਂ ਦੀ ਰਿਸ਼ਤਾ ਫਾਟਕ ਬੰਦ ਕਰਨ ਵਾਲੀ ਗੱਲ ਨਿੱਕਾ ਅਖਾੜੇ ਵਾਲਾ ਦੁਨੀਆਂ ਦਾ ਸਟਾਰ ਜਾਪੀ ਆ ਹਾਂਜੀ ਬੋਲੋ ਜੀ ਬੇਨਤੀ ਹੈ ਸਰਦਾਰ ਬਲਦੇਵ ਸਿੰਘ ਐਸ ਡੀ ਓ ਸਾਹਿਬ ਉਹਨਾਂ ਦਾ ਕੋਈ ਪਰਿਵਾਰ ਮੈਂਬਰ ਅਤੇ ਡੀ ਐਮ ਪੀ ਭਰਾ ਪੋਤਰਾ ਸਰਦਾਰ ਸੰਤਾ ਸਿੰਘ ਪੱਤੀ ਜਾਦਾ ਉਹਨਾਂ ਵੱਲੋਂ 5000 ਰੁਪਏ ਦੀ ਸਹਾਇਤਾ ਆਈ ਹੈ ਸਨਮਾਨ ਕੀਤਾ ਜਾਣਾ ਆਪਣਾ ਸਨਮਾਨ ਲੈ ਲਓ ਨਿੱਕੇ ਖਾੜੇ ਵਾਲੇ ਵੀ ਚੱਪੇ ਤੇ ਖੁਸ਼ ਹੋ ਕੇ 100 ਰੁਪਇਆ ਪਹੁੰਚਿਆ ਲਓ ਜੀ ਪੈਸੇ ਫੜ ਲਓ ਤੁਸੀਂ ਆਪ ਹੀ ਉਹ ਵੀ ਲੱਕੀ ਭਰਾ ਜੀ ਲਓ ਸਾਹਮਣੇ ਫਿਰ ਅਗਲੀ ਕਬੱਡੀ ਪੈ ਗਈ ਤੇ ਬਰਾਬਰ ਭਾਜੀ ਵੋਟ ਦੀ ਗੱਲ ਨੇ ਬਰਾਬਰ ਦਾ ਜੱਫਾ ਲਾ ਕੇ ਔਰ ਚੰਨੇ ਨੇ ਗੱਭਰੂ ਨੇ ਬੱਲੇ ਬੱਲੇ ਘੁਰਾਤੀ ਹੈ ਕਿ ਨਿਉਂ ਤੇ ਜੀ ਨਹੀਂ ਦਿੰਦੀ ਦੁਨੀਆ ਬਹੁਤੇ ਰੰਗਾਂ ਦੀ ਡੰਗ ਤੇ ਡੇਰਾ ਰੱਖਦੀ ਟੋਲੀ ਮਸਤ ਮਲੰਗਾਂ ਦੀ ਜੇ ਕੋਈ ਖਰ ਸੱਤ ਵਿੱਚ ਲਕਾਰੇ ਤਾਂ ਆਕਰ ਲਾਉਣੀ ਪੈਂਦੀ ਹੈ ਆਪ ਆਏ ਤਾਂ ਕਿਰਪਾ ਕਰਕੇ ਸਟੇਜ ਤੇ ਆਉਣ ਅਸੀਂ ਉਹਨਾਂ ਦਾ ਕਮੇਟੀ ਵੱਲੋਂ ਸਨਮਾਨ ਕਰਨਾ ਉਹਨਾਂ ਨੇ 5100 ਰੁਪਇਆ ਸਾਨੂੰ ਕਮੇਟੀ ਨੂੰ ਸਾਡਾ ਦਿੱਤੀ ਆ ਕਰਮਜੀਤ ਸਿੰਘ ਜੀ ਸ਼ਹੀਦ ਭਾਈ ਹਰਦੇਵ ਸਿੰਘ ਜੀ ਭਰਾਤਾ ਕਿਰਪਾ ਕਰਕੇ ਸਟੇਜ ਤੇ ਆਉਣ ਆ ਬਈ ਇੱਕ ਨਾ ਬਟੂਆ ਡਿੱਗ ਪਿਆ ਪੈਸੇ ਦਾ ਕਹਿੰਦਾ ਰੱਖ ਲਓ ਤੇ ਲਸੰਸ ਸਾਡਾ ਸਟੇਜ ਤੇ ਲਸੰਸ ਪਹੁੰਚਾ ਦਿਓ ਪੈਸੇ ਰੱਖਣੇ ਰੱਖ ਲਓ ਅਸੀਂ ਨਾਮ ਵੀ ਗੁਪਤ ਰੱਖ ਦਿਆਂਗੇ ਉਹਨਾਂ ਨੂੰ ਲਸੰਸ ਦੀ ਬਹੁਤ ਜ਼ਰੂਰਤ ਆ ਸੰਤੋਖ ਸਿੰਘ ਮੇਚਰ ਨੇ ਇਹਨਾਂ ਨੇ ਬਹੁਤ ਭਾਰੀ ਸਹਿਯੋਗ ਵੀ ਦਿੱਤਾ ਸਾਨੂੰ ਅਤੇ 11000 ਰੁਪਇਆ ਜਿਹੜੇ ਸਹਾਇਤਾ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਲਓ ਜੀ ਹੋ ਗਈ ਬੱਲੇ ਬੱਲੇ ਸਾਹਮਣੇ ਦਿਖਦਾ ਵੀ ਆਸਕਤ ਪਰੋ ਆਈ ਆ ਗਿਆਨੀ ਬੱਲੇ ਬੱਲੇ ਪਰਾ ਅੱਜ ਚੰਨੇ ਦਾ ਰਾਹ ਹਾਸਿਲ ਮੁਕਾਬਲਾ ਤੇ ਅੰਕ ਪਰੋ ਆਈ ਆ ਹਰਜੀਤ ਐਂਡ ਤਲਵਾਰ ਕਲੱਬ ਜਗਰਾਉਂ ਦੇ ਇਸੇ ਅੰਕ ਜੋੜ ਰਿਹਾ ਗਿਆਨੀ ਦੀ 100 ਰੁਪਇਆ ਪਿੰਡੇ ਡਾਇਰੀ ਵਾਲਾ ਕਹਿੰਦਾ ਵੀ ਇਸ ਪੁਆਇੰਟ ਤੇ ਆ ਪਰੋ ਆਈ ਆ ਗਿਆਨੀ ਦੀ ਲਈ 100 ਰੁਪਏ ਦਾ ਮਾਨ ਪਿੰਡੇ ਡਾਇਰੀ ਵਾਲਾ ਤੇ ਸਾਡਾ ਵੀ ਸਤਵੰਤ ਮੰਡੀਲਾ ਵਾਲਾ ਕਹਿੰਦਾ ਵੀ ਪਿੰਡ ਦੇ ਮੈਚ ਵਿੱਚ ਆਪਾਂ ਨੋਟਾਂ ਦੀ ਵਰਖਾ ਕਰ ਦੇਣੀ ਹੈ ਔਰ ਇੰਟਰਨੈਸ਼ਨਲ ਪੰਚਕ ਦਲ ਵੱਲੋਂ ਜੇ ਚੜ੍ਹਦੀ ਕਲਾ ਕਲੱਬ ਦੀ ਟੀਮ ਜਿੱਤਦੀ ਆ ਤਾਂ ਜਿੰਨੇ ਪੁਆਇੰਟ ਲੈਣਗੇ ਪੁਆਇੰਟਾਂ ਦੇ ਮੁਤਾਬਕ ਉਹਦੇ 100 ਰੁਪਏ ਤੇ ਜਾਣਗੇ ਜੇ ਟੀਮ ਜਿੱਤੀ ਤਾਂ ਇੰਟਰਨੈਸ਼ਨਲ ਪੰਚਕ ਦਲ ਯੂਕੇ ਜਿੰਨੇ ਵੀ ਉਹਨਾਂ ਦੇ ਸਾਰੇ ਨੁਮਾਇੰਦੇ ਪਹੁੰਚੇ ਨੇ ਸਤਿਕਾਰ ਦੇ ਜੋ ਸ਼ਖਸੀਅਤਾਂ ਪਹੁੰਚੀਆਂ ਨੇ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾਂਦਾ ਜੀ ਔਰ ਜਿੰਨੀਆਂ ਵੀ ਸਤਿਕਾਰ ਦੇ ਸ਼ਰਧਾਂਜਲੀਆਂ ਨੇ ਲਓ ਜੀ ਸਾਹਮਣੇ ਦੇਖਦਾ ਹੋਗੀ ਬੱਲੇ ਬੱਲੇ ਨਹੀਂ ਰਿਸ਼ਤਾ ਆਪ ਸਾਹਮਣੇ ਪੂਰਾ ਵਧੀਆ ਅੰਦਾਜ਼
ਅਮਨਾ ਗਮਨ ਸਾਹਮਣੇ ਅਮਨਾ ਦੀ ਕਬੱਡੀ ਆ ਤੇ ਅੰਕ ਦਿਖਦਾ ਪਿਆ ਸੀ ਤੇ ਚੜ੍ਹਦੀ ਕਲਾ ਗੱਡੀ ਕਲੱਬ ਦੇ ਹਿੱਸੇ ਜੁੜਦਾ ਹੋਇਆ ਬਹੁਤ ਸੋਹਣਿਆ। ਅਗਲੀ ਕਬੱਡੀ ਪੱਤੀ ਰੂਪਾ ਮੇਰਾ ਗੁਰਜੰਟ ਸਿੰਘ ਜੀ ਸਟੇਡੀਅਮ ਦਾ ਗੁਆਂਢੀ ਉਹਨੂੰ ਕਿਰਪਾ ਕਰਕੇ ਆਉਣ ਅਤੇ ਆਪਣਾ ਸਨਮਾਨ ਲਿਆਣ। ਜੇ ਤੌਦਰ ਵਾਲਾ ਮਾੜਾ ਜਫਾ ਲਾਊਗਾ ਤਾਂ ਲੱਖੇ ਵੱਲੋਂ ਹਰਪ੍ਰੀਤ ਵੱਲੋਂ ਮਾੜਾ ਜਫਾ ਲਾਵੇਗਾ ਤਾਂ 100 ਰੁਪਏ ਦਾ ਮਾਣ ਹੋਵੇਗਾ ਤੌਦਰ ਵਾਲਾ। ਜੇ ਮਾੜਾ ਜਫਾ ਲਾਵੇਗਾ ਤਾਂ ਲਓ ਫਿਰ ਅਗਲੀ ਕਬੱਡੀ ਪੈਂਦੀ ਹੋਈ ਗੱਲ ਸਰਦਾਰਾ ਸਿੰਘ ਜੀ ਪੱਤੀ ਬਾਜ਼ਾਰ ਉਹਨਾਂ ਦਾ ਬੇਟਾ ਜਗਤਾਰ ਸਿੰਘ ਲਓ ਸਾਹਮਣੇ ਪਿੰਦਰ ਬਹੁਤ ਵਧੀਆ ਟੂਰ ਚੱਕਿਆ ਗੱਭਰੂ ਪਿੰਦਰ ਅੰਕ ਲੈ ਕੇ ਵਾਸ ਪੈਂਦਾ ਜਿੱਥੋਂ ਦਾ ਵੈਲੀ ਮਸ਼ਹੂਰ ਵੀ ਜਦੋਂ ਹੋਇਆ ਫਾਈਨਲ ਮੈਚ ਤਾਂ ਯੋਰ ਦਿਖਾਏ ਪੱਪੂ ਨੇ ਢੇਰੀਆਂ ਕੋਲੇ ਲਿਆ ਲਿਆ ਰੇਡ ਟਾਏ ਪੱਪੂ ਨੇ ਲੇਕਿਨ ਸਰਬਜੀਤ ਸਿਆਹ ਸਾਰੇ ਜਿਹੜੇ ਨੋਟ ਚੰਨੇ ਨੇ ਮਾਰੇ ਕਰਕੇ ਚਿੱਤ ਕਰਾਰਾਂਗਾ ਅੱਜ ਪੁੱਤ ਬੜਾ ਹੀ ਚੇਤੇ ਆਉਂਦਾ ਹਰਜੀਤ ਬਰਾੜਾਂ ਦਾ ਅੱਜ ਪੁੱਤ ਬੜਾ ਹੀ ਚੇਤੇ ਆਉਂਦਾ ਹਰਜੀਤ ਬਰਾੜਾਂ ਦਾ। ਹਾਂਜੀ ਬਾਈ ਜੀ ਜਗਤਾਰ ਸਿੰਘ ਜੀ ਬੋਲੋ ਜੀ ਲਓ ਸਾਹਮਣੇ ਫਿਰ ਅਗਲੀ ਕਬੱਡੀ ਪਰੋ ਵਾਲੀ ਆ ਗਿਆਨੀ ਤੁਹਾਡੇ ਨੇ ਸਿੱਖੀ ਵੀ ਸਾਂਭੀ ਹੈ ਆਹ ਦੱਸਦੇ ਵੀ ਪੰਜ ਸਿਰਾਂ ਦੇ ਬਦਲੇ ਹੈ ਸਿਰ ਦਸਤਾਰ ਪੰਜਾਬੀ ਏ ਆਹ ਮੇਰਾ ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਏ ਆ ਗੱਭਰੂ ਚੌਲ ਬੱਲੇ ਬੱਲੇ ਕਰਾਉਣਾ ਨਹੀਂ ਰਿੱਸਾ ਚੌਲ ਨੇ ਫਾਟਕ ਬੰਦ ਕਰਨ ਵਾਲੀ ਗੱਲ ਬਣ ਗਈ ਹੈ ਇੰਨਾ ਗੁੱਸਾ ਕਰ ਬੈਠੀ ਵੱਖੀ ਵਿੱਚ ਵੱਜੇ ਹੂਰੇ ਦਾ ਆਹ ਬੰਦ ਪਿਆ ਦਰਵਾਜ਼ਾ ਫਾਟਕ ਤੋੜ ਕਪੂਰੇ ਦਾ ਹੁਣ ਬੰਦ ਪਿਆ ਦਰਵਾਜ਼ਾ ਫਾਟਕ ਤੋੜ ਕਪੂਰੇ ਦਾ ਬੰਦ ਕਰ ਤੋੜ ਫਾਟਕ। ਬਲਵਿੰਦਰ ਸਿੰਘ ਜੀ ਪੱਪੂ ਪੱਤੀ ਰਾਜਾ ਉਹਨਾਂ ਨੂੰ ਬੇਨਤੀ ਆ ਵੀ ਉਹ ਆਪਣਾ ਸਨਮਾਨ ਲੈ ਕੇ ਜਾਣ। ਬਲਵਿੰਦਰ ਸਿੰਘ ਜੀ ਪੱਪੂ ਪੱਤੀ ਰਾਜਾ ਲਓ ਸਾਹਮਣੇ ਫਿਰ ਲੰਬਰ ਦੀ ਕਬੱਡੀ ਪੈਂਦੀ ਬਿਲਕੁਲ ਮਧਰਾ ਕਰਦਾ ਥੋੜਾ ਵਜਨ ਔਰ ਵੱਡਾ ਹੌਸਲਾ ਗੱਭਰੂ ਦਾ ਅੰਬਰ ਵੇਲ ਨਾ ਸੁੱਟੀਏ ਔਰ ਹਾਰੇ ਬੂਟੇ ਤੇ ਪੱਤ ਕਿਸੇ ਦਾ ਲਾਈਏ ਨਾ ਕਦੇ ਸੁਰਪੇ ਸੂਟੇ ਤੇ ਆ ਦੁੱਧ ਉੱਭਰਦੇ ਪੁੱਤ ਵਿਗੜਦੇ ਫੇਰ ਨਾ ਲਾਉਂਦੇ ਨੇ ਪਰ ਬਹਿ ਕੇ ਮੁੰਡੇ ਕੌਡੀਆਂ ਪਾਉਂਦੇ। ਸਾਹਮਣੇ ਮਲਕ ਪਿੰਡ ਵਾਲੇ ਕਹਿੰਦੇ ਨੇ ਜਫਾ ਲਾ ਕੇ ਬਹੁਤ ਹੀ ਸੋਹਣਾ ਅੰਕ ਅੰਬੀ ਟੂਰ ਇੰਟਰਨੈਸ਼ਨਲ ਕਲੱਬ ਸੋਰੀ ਹਰਜੀਤ ਕੈਂਡ ਜਾਂ ਪ੍ਰਾਰ ਕਲੱਬ ਜਗਰਾਉਂ ਦੀ ਟੀਮ ਦੇ ਸਿਰ ਅੰਕ ਜੁੜਦਾ ਹੋਇਆ ਪਾ ਵੀ ਸੁਣਿਆ ਗਈ ਕਦੀ ਹਰੋ ਸਾਡੇ ਨਾਲ ਸੋਲੇਗਰ ਭਰਾਵਾ ਪੱਪੂ ਸਿੰਘ ਜੀ ਪੱਤੀ ਰਾਇਆ ਉਹ ਕਿਰਪਾ ਕਰਕੇ ਸਟੇਜ ਤੇ ਆਉਣ ਅਤੇ ਆਪਣਾ ਸਨਮਾਨ ਲਿਆਉਣ। ਅੱਗੇ ਬੰਦੇ ਜਤਿੰਦਰ ਸਿੰਘ ਦਾ ਲੰਗਿਆਂ ਨੂੰ ਕਰ ਦਿੱਤੇ ਜਾਣ ਜੋਗਿੰਦਰ ਸਿੰਘ ਝੋਨਾ ਪੱਤੀ ਰਾਇਆ ਉਹਨਾਂ ਦਾ ਬੇਟਾ ਇੱਥੇ ਹੋਣਾ ਕਿਰਪਾ ਕਰਕੇ ਪ੍ਰੇਮ ਸਿੰਘ ਜੀ ਲੰਗਿਆਂ ਲਓ ਸਾਹਮਣੇ ਫਿਰ ਅਗਲੀ ਕਬੱਡੀ ਹਰਜੀਤ ਤੈਨ ਸਾਹਮਣੇ ਦਿਖਦਾ ਵੀ ਹਰਜੀਤ ਤੈਨ ਤਲਵਾਰ ਕਲੱਬ ਜਗਰਾਓ ਦਾ ਖਿਡਾਰੀ ਔਰ ਸਾਹਮਣੇ ਕਬੱਡੀ ਪਾ ਰਹੇ ਕਹਿੰਦੇ ਮੋਰ ਪੱਟਾਂ ਤੇ ਪਵਾ ਕੇ ਦੰਦ ਸੋਨੇ ਦੇ ਲਵਾ ਕੇ ਪੱਗ ਟੋਰੇ ਵਾਲੀ ਬੰਨ ਮੁੱਛਾ ਗੁੱਡੀਆਂ ਕਰਾ ਕੇ ਲੰਘੇ ਆਣੀਆਂ ਬਿਆਨਤ ਜੱਟ ਮੇਲੇ ਆਉਂਦੇ ਨੇ ਵੇਖ ਲਾ ਖੁਸ਼ੀ ਦੇ ਵਿੱਚ ਨੱਚ ਨੱਚ ਗੀਤ ਗਾਉਂਦੇ ਨੇ ਅੱਜ ਵੇਖ ਲਾ ਖੁਸ਼ੀ ਦੇ ਵਿੱਚ ਨੱਚ ਨੱਚ ਗੀਤ ਗਾਉਂਦੇ ਨੇ। ਹਾਂਜੀ ਬਾਈ ਜਗਤਾਰ ਸਿੰਘ ਬੋਲੋ ਜੀ ਜੀ ਬਲਵੀਰ ਸਿੰਘ ਔਰਤੀਆ ਸਰਦਾਰ ਮੇਹਰ ਸਿੰਘ ਦਾ ਪੁੱਤਰ ਪੱਪੂ ਪੱਤੀ ਰਾਇਆ ਇਹਨੂੰ ਬੇਨਤੀ ਆ ਬਈ ਦੋ ਨਾਂ ਰਲ ਗਏ ਸੀ ਇਸ ਕਰਕੇ ਮੈਂ ਉਹਨਾਂ ਦੇ ਬਜ਼ੁਰਗਾਂ ਦਾ ਨਾਮ ਬੋਲਿਆ ਕਿਰਪਾ ਕਰਕੇ ਉਹ ਆਪਣਾ ਸਨਮਾਨ
ਅਤੇ ਬਲਵੀਰ ਸਿੰਘ ਜੀ ਆੜ੍ਹਤੀਆ ਉਹ ਵੀ ਆ ਜਾਣ, ਉਹਨਾਂ ਨੂੰ ਵੀ ਸਨਮਾਨ ਕਰਨਾ ਸੀ। ਹਾਂਜੀ, ਅਮਰਜੀਤ ਸਿੰਘ ਜੀ ਜੋ ਮੇਰੇ ਛੋਟੇ ਭਾਈ ਨੇ, ਅਮਰਜੀਤ ਸਿੰਘ ਜੀ ਪੱਤੀ ਬਾਦਲ ਜੋ ਡੀ ਸੀ ਆਫਿਸ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਬੇਨਤੀ ਹੈ ਮੇਰੇ ਪਰਿਵਾਰ ਦਾ ਕੋਈ ਵੀ ਕਿਰਪਾ ਕਰਕੇ ਸਾਡੇ ਨਾਲ ਸਟੇਜ ਤੇ ਆਉਣ ਤੇ ਆਪਣਾ ਸਨਮਾਨ ਲੈਣ। ਜਗਤਾਰ ਸਿੰਘ ਇੱਕੋ ਮਿੰਟ ਲਵਾਂਗੇ, ਤਾਂ ਟੀਮਾਂ ਨੂੰ ਆਵਾਜ਼ ਦੇਣਗੇ ਰਿਜਾਇਤ ਸਿੰਘ, ਉਦੋਂ ਬਾਅਦ ਤੁਹਾਨੂੰ ਫਿਰ ਮੈਚ ਦੇਵਾਂਗੇ। ਮੈਂ ਕਰਦਾ ਟੀਮਾਂ ਨੂੰ ਆਵਾਜ਼। ਹਾਂਜੀ, ਪਿੰਡ ਆ ਜਿਹੜੇ ਆਪਣੇ ਫਾਈਨਲ ਮੈਚ ਦੇ ਟੀਮਾਂ ਨੂੰ ਆਵਾਜ਼ ਦਿਓ ਜੀ। ਮੈਂ ਇੱਕ ਵਾਰੀ ਸਕੋਰ ਬੋਲ ਦਿਆਂ, ਪਹਿਲੇ ਮੈਚ ਜਿਹੜਾ ਮੈਚ ਹੋਇਆ ਲਓ ਜੀ, ਪਹਿਲੇ ਮੈਚ 'ਚ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਟੀਮ ਦੇ ਪੁਆਇੰਟ 29, ਹਰਜੀਤ ਕਲੱਬ ਜਗਾਉਣ ਦੇ ਪੁਆਇੰਟ 29 ਔਰ ਚੜ੍ਹਦੀ ਕਲਾ ਕਲੱਬ ਜਲੰਧਰ ਦੀ ਟੀਮ ਦੇ ਪੁਆਇੰਟ 35, 35। ਇਸ ਮੈਚ 'ਚ 35 ਦੇ ਅੰਕ ਲੈ ਕੇ ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ ਦੀ ਟੀਮ ਨੂੰ ਮੁਬਾਰਕਬਾਦ ਆ। ਬਹੁਤ ਸੋਹਣਾ ਮੈਚ ਕਰਦੇ, ਟੀਮਾਂ ਨੂੰ ਕਾਲ ਕਰਦੇ, ਤੁਸੀਂ ਬੋਲਦੇ ਬਾਈ ਜਗਤਾਰ ਸਿੰਘ ਤੁਹਾਡੇ ਲਈ ਮੈਚ ਆ। ਜਿਹੜੀਆਂ ਓਪਨ ਦੀਆਂ ਟੀਮਾਂ ਦੋ, ਜਿਹੜਾ ਕਿਤੇ ਰੋਡੇ, ਕਿਰਪਾ ਕਰਕੇ ਤੁਸੀਂ ਵਾਰਮ ਅਪ ਹੋ ਰਹੇ ਹੋ, ਮੈਨੂੰ ਪਤਾ ਇੱਕ ਮਿੰਟ ਦੇ ਵਿੱਚ ਵਿੱਚ ਦੋਨੇ ਟੀਮਾਂ ਗਰਾਊਂਡ 'ਚ ਪਹੁੰਚ ਜਾਣ। ਇਹਨਾਂ ਦਾ ਮੈਚ ਬਹੁਤ ਖੇਮਾ ਹੋਣਾ ਤੇ ਬਹੁਤ, ਮੇਰਾ ਖਿਆਲ ਟੀਮ ਪਹੁੰਚ ਹੀ ਚੁੱਕੀ ਆ। ਬਹੁਤ ਧੰਨਵਾਦ ਰੋਡੇ ਵਾਲਿਓ, ਮੇਰਾ ਖਿਆਲ ਆ ਵੀ ਅਸੀਂ 10-15 ਸਾਲ ਤੋਂ ਟੂਰਨਾਮੈਂਟ ਜਿਹੜਾ, ਹਾਂ ਮੈਂ ਬੂਟਾ ਸਿੰਘ ਨੂੰ ਤੇ ਜਿਹੜੇ ਇਹਦੀ ਰੋਡੀ ਲਈ ਗੁੰਡਾ ਸਿੰਘ